ਇੱਕ ਪਾਸੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀਆਂ ਦੇ ਮਾਮਲੇ 'ਚ ਪੰਜਾਬ ਦੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ, ਉੱਥੇ ਹੀ ਅੱਜ ਚਮਕੌਰ ਸਾਹਿਬ ਇਲਾਕੇ ਵਿੱਚ ਪਿੰਡ ਪਿੱਪਲ ਮਾਜਰਾ ਵਿੱਚ ਸ਼੍ਰੀ ਗੁਟਕਾ ਸਾਹਿਬ ਦੇ ਕਈ ਅੰਗ ਗਲੀ ਵਿੱਚ ਖਿਲਰੇ ਪਏ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਇਸ ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਪਿੰਡ ਦੀ ਇੱਕ ਔਰਤ ਜਸਵੀਰ ਕੌਰ ਰਾਤ 10 ਵਜੇ ਦੇ ਕਰੀਬ ਮਠਿਆਈ ਦੇ ਖਾਲੀ ਡੱਬੇ ਨੂੰ ਕੂੜੇ ਦੇ ਢੇਰ ਉੱਤੇ ਸੁੱਟਣ ਜਾ ਰਹੀ ਸੀ ਤਾਂ ਉਸਨੂੰ ਗਲੀ ਵਿੱਚ ਗੁਟਕਾ ਸਾਹਿਬ ਦੇ ਕਈ ਅੰਗ ਖਿਲਰੇ ਹੋਏ ਮਿਲੇ ਅਤੇ ਇਸ ਔਰਤ ਨੇ ਉਹਨਾਂ ਅੰਗਾਂ ਨੂੰ ਆਪਣੇ ਕੋਲ ਰੱਖ ਲਿਆ। ਸਵੇਰ ਹੁੰਦੇ ਹੀ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਗ੍ਰੰਥੀ ਹਰਵਿੰਦਰ ਸਿੰਘ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ। ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਇਸ ਬਾਰੇ ਦੱਸਿਆ। ਗ੍ਰੰਥੀ ਹਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਗੁਟਕਾ ਸਾਹਿਬ ਦੇ 85 ਪੰਨਿਆਂ ਦੀ ਬੇਅਦਬੀ ਹੋਈ ਹੈ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਪੁੱਛ ਪੜਤਾਲ ਕੀਤੀ ਹੈ ਅਤੇ ਗੁਰਦੁਆਰਾ ਸਾਹਿਬ 'ਚ ਲੱਗੇ CCTV ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰਕੇ ਉਹਨਾਂ ਖਿਲਾਫ਼ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਹਾਂਜੀ, ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੈਂ 9:30 ਵਜੇ ਤੋਂ ਬਾਅਦ ਜੀ ਅਸੀਂ ਸੈਰ ਕਰਦੇ ਹਾਂ, ਬੇਟੀ ਮੇਰੀ ਅਤੇ ਮੈਂ, ਅਸੀਂ ਥੋੜ੍ਹਾ ਜਿਹਾ ਕੂੜਾ ਪਿਆ ਸੀ ਸਾਡੇ ਘਰ, ਉਹ ਅੱਗੇ ਸਿੱਟਣ ਗਏ ਸੀ ਡੈਰੀ ਤੋਂ, ਉੱਥੇ ਜਦੋਂ ਅਸੀਂ ਮੁੜ ਕੇ ਆਈਆਂ ਅਤੇ ਮੈਂ ਉਹਨਾਂ 'ਤੇ ਦੇਖਿਆ ਅਤੇ ਮੈਂ ਬੇਟੀ ਨੂੰ ਕਹਿਣ ਲੱਗੀ, ਮੈਂ ਕਿ ਪੈਸੇ ਪਏ, ਕਹਿੰਦੀ ਹਾਂ ਮੰਮਾ ਤੇਰੇ ਵਾਸਤੇ ਪੈਸੇ ਸਿੱਟੇ ਨੇ। ਜਦੋਂ ਮੈਂ ਉਹਨਾਂ 'ਤੇ ਮੈਂ ਵੀ ਬੇਈਮਾਨਣੀ ਨੇ ਪੈਰ ਮਾਰਿਆ, ਜਦੋਂ ਕਾਫੀ ਪੇਜ ਪਏ ਸੀ ਉੱਥੇ, ਚਲੋ ਮੈਂ ਉਹ ਤੋਂ ਬਾਅਦ ਫਿਰ ਉਹਨਾਂ ਨੂੰ ਦੇਖਿਆ, ਅਸੀਂ ਬੈਟਰੀ ਮਾਰ ਕੇ ਜਦੋਂ ਦੇਖਿਆ ਉੱਥੇ ਜਪਜੀ ਸਾਹਿਬ ਦਾ ਪਾਠ ਲਿਖਿਆ ਹੋਇਆ ਉਹਨਾਂ 'ਤੇ, ਅਤੇ ਫਿਰ ਅਸੀਂ ਸਾਰੇ ਬਹੁਤ ਪਿਆਰ ਨਾਲ ਚੁਗੇ, ਨਾਲੀ 'ਚ ਵੀ ਗਿਰੇ ਪਏ ਸੀ, ਬਹੁਤ ਉਰਲੇ ਪਾਸੇ ਤੱਕ ਉੱਡ ਕੇ ਆਏ ਹੋਏ ਸੀ ਪੇਜ, ਸਾਰੇ ਚੁਗ ਅਸੀਂ ਇਕੱਠੇ ਕਰਕੇ ਲਿਫਾਫੇ 'ਚ ਪਾ ਕੇ ਆਪਣੇ ਘਰ ਨੂੰ ਲੈ ਆਏ। ਤੋਂ ਬਾਅਦ ਮੈਂ ਸਵੇਰੇ ਮੇਰੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਇਹਨਾਂ ਨੂੰ ਜਲ ਪ੍ਰਵਾਹ ਕਰ ਦਿਓ, ਉਹ ਕਹਿੰਦੇ ਨਹੀਂ ਜਲ ਪ੍ਰਵਾਹ ਨਹੀਂ ਕਰਨੇ, ਇਹਨਾਂ ਦਾ ਸੰਸਕਾਰ ਹੁੰਦਾ ਹੈ ਕਿ ਇਹ ਤੂੰ ਸਾਡੇ ਗੁਰਦੁਆਰਾ ਸਾਹਿਬ ਪਾਠੀ ਲੋਸਮੈਂਟ ਕਰਨ ਆਇਆ ਦਵਾਨਾਂ ਦੀ, ਉਸ ਤੋਂ ਬਾਅਦ ਇਹ ਕਹਿੰਦੇ ਵੀ ਜਾ ਗੁਰਦੁਆਰਾ ਸਾਹਿਬ ਕੋਈ ਆਇਆ ਵਾ ਉੱਥੇ ਫੜਾ ਕੇ ਉਹਨਾਂ ਨੂੰ। 9:30-9:45 ਦਾ ਟਾਈਮ ਸੀ, 9:30-9:00 ਦਾ ਹੀ, ਉਸ ਤੋਂ ਬਾਅਦ ਹਰਵਿੰਦਰ ਸਿੰਘ ਪਾਠੀ ਨੂੰ ਮੈਂ ਫੜਾ ਕੇ ਆਈ ਅਤੇ ਮੈਂ ਕਿਹਾ ਵੀ ਵੀਰ ਜੀ ਇਹ ਗੁਟਕਾ ਸਾਹਿਬ ਦਾ ਅੰਗ ਅੰਗ ਕਰਿਆ ਪਿਆ ਸੀ ਬਾਹਰ, ਵੀ ਇਹ ਮੈਨੂੰ ਗੁਰਦੁਆਰਾ ਸਾਹਿਬ ਦੇ ਮੂਹਰੇ ਤੋਂ ਮਿਲਿਆ। ਉਹ ਕਹਿੰਦਾ ਠੀਕ ਆ ਭਾਈ ਮੈਨੂੰ ਫੜਾਇਆ, ਮੈਂ ਉਹਨਾਂ ਨੂੰ ਫੜਾਇਆ ਹੀ, ਉਸ ਤੋਂ ਬਾਅਦ ਉਹਨਾਂ ਨੇ ਲੋਸਮੈਂਟ ਕੀਤੀ ਜੀ, ਪਿੰਡ ਦਾ ਇਕੱਠ ਕੀਤਾ। ਭਾਅ ਜੀ ਤੁਹਾਡਾ ਹਰਵਿੰਦਰ ਸਿੰਘ ਹੈ ਜੀ, ਇਹ ਜਿਹੜੇ ਕੱਲ੍ਹ ਗੁਰੂ ਸਾਹਿਬ ਦੇ ਅੰਗ ਫੜੇ ਗਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਜੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ। ਮੈਂ ਗੁਰਦੁਆਰਾ ਸਾਹਿਬ ਲੋਸਮੈਂਟ ਕਰ ਰਿਹਾ ਸੀ, ਕੁਦਰਤੀ ਲੜਕੀ ਵਿਚਾਰੀ ਆ ਗਈ ਅੰਗ ਲੈ ਕੇ, ਵੀ ਵੀਰ ਜੀ ਇਹ ਲੋਸਮੈਂਟ ਕਰ ਦਿਉ, ਵੀ ਮੈਨੂੰ ਰਾਤ ਨੂੰ 9:30 ਅੰਗ ਮਿਲੇ ਜੀ, ਮੈਨੂੰ ਗੁਰਦੁਆਰਾ ਸਾਹਿਬ ਦੇ ਮੂਹਰੇ ਪਏ ਤੇ ਜੀ, ਇਹ ਗਲੀ ਦੇ ਵਿੱਚ ਖਲਾਰੇ ਹੋਏ ਤੇ ਜੀ, ਜੋ ਨਿਤਨੇਮ ਸਾਹਿਬ ਦਾ ਛੋਟਾ ਗੁੜਕਾ ਸਾਹਿਬ ਹੈ ਜੀ। ਕਿੰਨੇ ਅੰਗ ਸੀ ਇਹ? 85 ਅੰਗ ਤੇ ਜੀ। ਅਤੇ ਤੁਸੀਂ ਇਹਦੇ ਬਾਰੇ ਹੁਣ ਕੀ ਕਹਿਣਾ ਚਾਹੁੰਦੇ ਜੀ? ਮੈਂ ਤਾਂ ਇਹੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਵੀ ਕੋਈ ਵੀ ਦੋਸ਼ੀਆਂ ਨੂੰ ਬਖਸ਼ਿਆ ਨਾ ਜਾਵੇ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। 100% ਅਸੀਂ ਪ੍ਰਸ਼ਾਸਨ ਤੋਂ ਆਸ ਕਰਦੇ ਹਾਂ ਵੀ ਸਾਨੂੰ ਕੋਈ ਵੀ ਦੋਸ਼ੀ ਹੈ ਚਾਹੇ ਕੋਈ ਜਿੱਥੇ ਵੀ ਮਰਜ਼ੀ ਬੈਠਾ ਉਹ ਬਾਹਰ ਕੱਢ ਕੇ ਲਿਆਓ ਜੀ, ਉਹਦਾ ਚਿਹਰਾ ਜਿਹੜਾ ਬੇਨਕਾਬ ਹੋਣਾ ਚਾਹੀਦਾ ਜੀ। ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ। ਗੁਟਕਾ ਸਾਹਿਬ ਹੈ, ਛੋਟਾ ਗੁਟਕਾ ਸਾਹਿਬ ਉੱਥੇ ਗਲੀ 'ਚ ਪਿਆ ਸੀਗਾ, ਪਿੰਡ 'ਚ ਲੇਡੀ ਨੇ ਚੱਕ ਲਿਆ ਸੀ, ਇਕੱਠਾ ਕਰਕੇ ਆਪਣੇ ਕੋਲ ਰੱਖ ਲਿਆ। ਉਹਦੇ ਸੰਬੰਧ 'ਚ ਅਸੀਂ FIR ਰਜਿਸਟਰ ਕਰਤੀ ਹੈਗੀ ਹੈ ਅਤੇ ਜਿਹਦੀ ਹੁਣ ਤਫਤੀਸ਼ ਕਰ ਰਹੇ ਹਾਂ ਵੀ ਨੈਕਸਟ ਵੀ ਕਿਵੇਂ ਉੱਥੇ ਆਏ ਅੰਗ ਗੁਟਕਾ ਸਾਹਿਬ ਦੇ, ਅਤੇ ਅੱਗੇ ਤਫਤੀਸ਼ ਜਿਵੇਂ ਵੀ ਆਊਗਾ ਫਿਰ ਉਹ ਕਾਰਵਾਈ ਕੀਤੀ ਜਾਊਗੀ। ਇਹ ਜਿਹੜੀ ਬਹੁਤ ਮਾੜੀ ਘਟਨਾ ਹੋਈ ਹੈਗੀ ਹੈ ਅਤੇ ਇਹਦੇ ਸੰਬੰਧ 'ਚ ਜਿਹੜਾ ਵੀ ਦੋਸ਼ੀ ਹੋਏਗਾ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।